ਸਾਲ ਹੋਏ ਨੇ ਸਰਕਾਰ ਬਣੀ ਨੂੰ ਤੁਹਾਡੀ ਆਪਣੀ। ਆਮ ਆਦਮੀ ਕਲੀਨਿਕ 829 ਖੁੱਲ ਗਏ, 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ, ਸਾਰੇ ਟੈਸਟ ਫ੍ਰੀ ਨੇ, ਸਾਰੀਆਂ ਦਵਾਈਆਂ ਫ੍ਰੀ ਨੇ। ਕੀ ਇਹ ਹੈ ਤੁਹਾਡਾ ਸਿਹਤ ਮਾਡਲ? ਆਮ ਆਦਮੀ ਪਾਰਟੀ ਦੇ ਕੀਤੇ ਗਏ ਦਾਅਵੇ ਤੇ ਵਾਅਦੇ ਇਸ ਵੀਡੀਓ ਵਿੱਚ ਸਭ ਝੂਠ ਸਾਬਿਤ ਹੋ ਰਹੇ ਨੇ। ਪੰਜਾਬ ਦੇ ਮੰਨੇ ਤੰਨੇ ਰਜਿੰਦਰਾ ਹਸਪੀਟਲ ਦਾ ਹਾਲ, ਜਿੱਥੇ ਕਿ ਲੋਕ ਸਿਹਤ ਠੀਕ ਕਰਨ ਆਉਂਦੇ ਨੇ ਪਰ ਇੱਥੇ ਸਗੋਂ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਹੈ। ਗਰਮੀ ਨਾਲ ਮਰੀਜ਼ਾਂ ਦਾ ਬੁਰਾ ਹਾਲ ਹੈ, ਲਾਈਟ ਦਾ ਕੋਈ ਪ੍ਰਬੰਧ ਨਹੀਂ, ਇਹ ਤਾਂ ਕੁਝ ਵੀ ਨਹੀਂ, ਇੱਕ ਅਜਿਹੀ ਗੱਲ ਜੋ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਜੀ ਹਾਂ, ਰਜਿੰਦਰਾ ਹਸਪੀਟਲ ਵਿੱਚ ਡਾਕਟਰਾਂ ਦੀ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਹ ਇੱਕ ਮਹਿਲਾ ਦੀ ਡਿਲੀਵਰੀ ਫੋਨ ਦੀ ਟੋਰਚ ਨਾਲ ਕਰ ਰਹੇ ਨੇ, ਜੋ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਉਹਨਾਂ ਦੀ ਮਜਬੂਰੀ ਬਣ ਗਈ, ਜਿਸ ਨੂੰ ਲੈ ਕੇ ਮਰੀਜ਼ ਦੇ ਪਰਿਵਾਰਾਂ ਵੱਲੋਂ ਆਮ ਸਰਕਾਰ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਨਾ 3 ਘੰਟੇ ਹੋ ਗਏ, ਲਾਈਟ ਆਈ ਹੈ ਜੀ, ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ, ਜਨਰੇਟਰ ਵਾਲਾ ਕਹਿੰਦਾ ਜੀ ਦੇਖਦੇ ਜੀ ਜੇ ਤੇਲਦਾਰ ਮਿਲ ਗਿਆ ਤਾਂ ਆ ਜਾਊਗਾ ਜੀ, ਨਹੀਂ ਤਾਂ ਮੈਂ ਨਹੀਂ ਆਉਂਦਾ ਜੀ, ਮੈਂ ਆਟੋ 'ਤੇ ਆ ਰਿਹਾ। ਉੱਪਰ ਬੱਚੇ ਵਾਲੇ 'ਚ ਸਾਰੇ ਬੰਦ ਪਏ ਨੇ, ਬੱਚੇ ਮਰਨ ਕਿਨਾਰੇ ਪਏ ਨੇ ਜੀ। ਸਾਡੀ ਦੀ ਮਾਤਾ ਬਿਮਾਰ ਹੈ ਬਹੁਤ ਜ਼ਿਆਦਾ, ਲੀਵਰ ਦੀ ਮਰੀਜ਼ ਹੈ ਜੀ, ਠੀਕ ਹੈ ਜੀ, ਬਹੁਤ ਜ਼ਿਆਦਾ ਉਹ ਐਂ ਨਹੀਂ ਪਤਾ ਵੀ ਕੀ ਹੋ ਸਕਦਾ, ਲੀਵਰ ਫਟਿਆ ਹੋਇਆ। ਅਸੀਂ ਇਹੀ ਗੱਲ ਕਰਦੇ ਸਰਕਾਰ ਨੂੰ, ਵੋਟਾਂ ਵੇਲੇ ਤੁਹਾਡੇ ਨਾਲ ਤੇ ਸਾਰੀ ਸਪੋਰਟ ਕਰੀ ਹੈ, ਸਿਹਤ ਮੰਤਰੀ ਹੈ, ਆ ਕੇ ਦੇਖੇ ਜਦ ਉਸ ਦੇ ਜ਼ਿਲ੍ਹੇ 'ਚ ਇਹੀ ਹੀਲਾ ਹੋ ਰਿਹਾ, ਬਾਹਰ ਤਾਂ ਨਹੀਂ ਕੀ ਕੁਛ ਹੀਲਾ ਹੋ ਰਿਹਾ ਯਾਰ। ਪਹਿਲੀ ਗੱਲ ਤਾਂ ਇਹ ਨਹੀਂ ਉਸ 'ਤੇ ਮੈਂ ਕਮੈਂਟ ਕਰ ਸਕਦਾ ਜੀ ਵੀ ਉਹ ਫੋਟੋ ਕਿੱਥੋਂ ਦੀ ਹੈ। ਦੂਸਰਾ ਇਹ ਕਮੈਂਟ ਨਹੀਂ ਕੀਤਾ ਜਾ ਸਕਦਾ ਵੀ ਉਹ ਕਦੋਂ ਦੀ ਫੋਟੋ ਹੈ। ਪ੍ਰੋਬਲਮ ਜਿਹੜੀ 3-4 ਦਿਨ ਤੋਂ ਚੱਲ ਰਹੀ ਸੀ ਇਹਨਾਂ ਦੇ ਬਿਜਲੀ ਬੋਰਡ ਵਾਲਿਆਂ ਦਾ, ਜਿਹੜਾ ਮੇਨ ਗ੍ਰਿੱਡ ਹੈ 66 KV ਵਾਲਾ, ਉਹਦੀ ਬ੍ਰੇਕਡਾਊਨ ਹੋ ਗਿਆ ਸੀ, ਫੇਲੀਅਰ ਹੋ ਗਿਆ ਸੀ।